ਪਿਛਲੇ ਦਿਨੀ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵੱਲੋਂ ਭਾਜਪਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਉੱਤੇ ਹੋਏ ਹਮਲੇ ਨੂੰ ਲੈ ਕੇ ਦਿੱਤੇ ਗਏ ਬਿਆਨ ਦੀ ਨਿੰਦਾ ਕਰਦੇ ਹੋਏ ਹੁਸ਼ਿਆਰਪੁਰ ਵਿਖੇ ਭਾਜਪਾ ਆਗੂਆਂ ਵੱਲੋਂ ਰਵਨੀਤ ਸਿੰਘ ਬਿੱਟੂ ਵਿਰੁੱਧ ਮਾਮਲਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਐਸਪੀਡੀ ਨੂੰ ਮੰਗ ਪੱਤਰ ਦਿੱਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਮੰਤਰੀ ਤਿਕਸ਼ਨ ਸੂਦ ਨੇ ਕਿਹਾ ਕਿ ਜਦੋਂ ਤੋਂ ਸੂਬੇ ਵਿੱਚ ਕਾਂਗਰਸ ਸਰਕਾਰ ਆਈ ਹੈ ਉਦੋਂ ਤੋਂ ਹੀ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਵਿਗੜ ਗਈ ਹੈ। ਸਾਰਿਆਂ ਨੂੰ ਪਤਾ ਪੰਜਾਬ ਭਾਜਪਾ ਦੇ ਪ੍ਰਧਾਨ ਸ਼੍ਰੀ ਅਸ਼ਵਨੀ ਸ਼ਰਮਾ ਜੀ ਜਲੰਧਰ ਇੱਕ ਬੈਠਕ ਲੈਣ ਆਏ ਸੀ ਪਾਰਟੀ ਦੀ। ਵਾਪਸੀ 'ਚ ਜਾ ਰਹੇ ਸੀ ਪਠਾਨਕੋਟ ਆਪਣੇ ਘਰ, ਟਾਂਡਾ ਲੱਗ ਗਏ ਟੋਲ 'ਤੇ ਉਹਨਾਂ ਨੂੰ ਘੇਰ ਕੇ ਉਹਨਾਂ 'ਤੇ ਕਾਤਲਾਨਾ ਹਮਲਾ ਹੋਇਆ, ਉਹਨਾਂ ਦੀ ਗੱਡੀ ਤੋੜੀ ਗਈ। ਪਰਮਾਤਮਾ ਦਾ ਸ਼ੁਕਰ ਆ ਕਿ ਉਹਨਾਂ ਦਾ ਬਚਾਅ ਹੋ ਗਿਆ, ਸੱਟਾਂ ਸੁੱਟਾਂ ਨਹੀਂ ਲੱਗੀਆਂ। ਉਹਦੇ ਬਾਅਦ ਸਾਰੀ ਪਾਰਟੀ ਪ੍ਰੋਟੈਸਟ ਮੋਡ ਦੇ ਵਿੱਚ ਆਈ, ਪਰ ਜਿੱਥੇ ਤੱਕ ਇਹ ਵਾਕਿਆ ਦੀ ਗੱਲ ਆ, ਇਹ ਟੋਟਲ ਅਨਡੈਮੋਕ੍ਰੈਟਿਕ ਆ। ਹਰ ਇੱਕ ਬੰਦੇ ਨੂੰ ਆਪਣੀ ਗੱਲ ਕਰਨ ਦਾ, ਪਾਰਟੀ ਦਾ ਕੰਮ ਕਰਨ ਦਾ ਔਰ ਵਿਚਾਰਾਂ ਦੀ ਅਭਿਵਿਅਕਤੀ ਕਰਨ ਦਾ ਪੂਰਾ ਹੱਕ ਹੈਗਾ। ਉਹਦਾ ਅਸੀਂ ਪੂਰੀ ਪਾਰਟੀ ਨੇ ਨੋਟਿਸ ਲਿਆ, ਡੀਸੀ ਅਫਸਰਾਂ ਦਾ ਘਰਾ ਵੀ ਕੀਤਾ ਸਭ ਕੁਝ। ਪਰ ਇਹਦੇ ਵਿੱਚੋਂ ਜਿਹੜੀਆਂ ਦੋ ਤਿੰਨ ਚੀਜ਼ਾਂ ਨਿਕਲ ਕੇ ਬਾਹਰ ਆਈਆਂ, ਉਹ ਸਾਡੇ ਸਾਰਿਆਂ ਵਾਸਤੇ ਬਹੁਤ ਸ਼ਰਮਿੰਦਗੀ ਦੀ ਗੱਲ ਆ। ਟੋਟਲੀ ਅਨਡੈਮੋਕ੍ਰੈਟਿਕ ਆ ਔਰ ਕਾਂਗਰਸ ਦਾ ਜਿਹੜਾ ਅਸਲੀ ਚਿਹਰਾ ਹੈਗਾ ਉਹ ਨੰਗਾ ਕਰਦੀਆਂ। ਜਿਸ ਵੇਲੇ ਹਮਲਾ ਹੋਇਆ ਉਹਦੇ ਬਾਅਦ ਇਹਨਾਂ ਦੇ ਕਾਂਗਰਸ ਦੇ ਜਿਹੜੇ MLA ਆ ਡਾਕਟਰ ਰਾਜ ਕੁਮਾਰ ਵਿਰਕਾ, ਉਹਨਾਂ ਨੇ ਇੱਕ ਬੜਾ ਭੱਦਾ ਬਿਆਨ ਦਿੱਤਾ ਕਿ ਹੋ ਸਕਦਾ ਭਾਜਪਾ ਨੇ ਆਪਣਾ ਇਹ ਹਮਲਾ ਆਪ ਹੀ ਕਰਵਾ ਲਿਆ ਹੋਵੇ। ਜਦਕਿ ਜਲੰਧਰ ਤੋਂ ਯੂਥ ਕਾਂਗਰਸ ਦੀਆਂ ਗੱਡੀਆਂ ਜਿਹਾਂ 'ਤੇ ਸਟਿੱਕਰ ਸੀਗੇ ਉਹ ਮਗਰ ਲੱਗੇ ਸੀ, ਉਹਨਾਂ ਦੀ ਕਮਿਊਨੀਕੇਸ਼ਨ ਫੋਨ 'ਤੇ ਹੁੰਦੀ ਪਈ ਸੀਗੀ ਔਰ ਉਹਨਾਂ ਨੇ ਐਨ ਟਾਰਗੇਟ ਕਰਕੇ ਸਾਡੇ ਪ੍ਰਦੇਸ਼ ਪ੍ਰਧਾਨ ਜੀ 'ਤੇ ਹਮਲਾ ਕੀਤਾ ਔਰ ਪੰਜਾਬ ਦੇ ਹਾਲਾਤ ਖਰਾਬ ਕਰਨ ਦੀ ਨੀਅਤ ਨਾਲ ਇਹ ਸਾਰਾ ਕੁਛ ਹੋਇਆ ਔਰ ਉਹਨਾਂ ਨੂੰ ਨੁਕਸਾਨ ਪਹੁੰਚਾਉਣ ਦੀ ਹਾਲਤ ਨਾਲ, ਉਹਨਾਂ ਨੂੰ ਬੋਡੀਲੀ ਉਹਨਾਂ ਦੀ ਲਾਈਫ ਨੂੰ ਨੁਕਸਾਨ ਪਹੁੰਚਾਉਣ ਦੀ ਖਤਰੇ ਸਾਰਾ। ਉਹਦੇ ਬਾਅਦ ਮੈਂ ਬਹੁਤ ਹੈਰਾਨ ਹੋਇਆ, ਕੈਪਟਨ ਅਮਰਿੰਦਰ ਸਿੰਘ CM ਰੈਂਕ ਦੇ ਬੰਦੇ ਆ, ਉਹਨਾਂ ਦਾ ਬੜਾ ਸਟੇਚਰ ਆ, ਉਹਨਾਂ ਨੇ ਬਿਆਨ ਦੇ ਦਿੱਤਾ ਕਿ ਇਹ ਹਮਲਾ ਕਿਸਾਨਾਂ ਨੇ ਕੀਤਾ ਸੀ। ਚਲੋ ਉਹਨਾਂ ਕੋਲ ਅਫੀਸ਼ੀਅਲ ਰਿਪੋਰਟ ਹੋਊਗੀ, ਪਰ ਉਹ ਤੋਂ ਵੀ ਜ਼ਿਆਦਾ ਹੈਰਾਨਗੀ ਔਰ ਸ਼ਰਮਿੰਦਗੀ ਦੀ ਗੱਲ ਇਹ ਹੋਈ ਕਿ ਰਵਨੀਤ ਬਿੱਟੂ ਜਿਹੜਾ ਕਿ ਸੀਨੀਅਰ ਲੀਡਰ ਆ ਕਾਂਗਰਸ ਦਾ, ਪਾਰਲੀਮੈਂਟ ਦਾ ਮੈਂਬਰ ਆ, ਉਹਨੇ ਬਿਆਨ ਦਿੱਤਾ ਕਿ ਅਸ਼ਵਨੀ ਸ਼ਰਮਾ 'ਤੇ ਮੈਂ ਹਮਲਾ ਕੀਤਾ, ਮੇਰੇ 'ਤੇ ਕੇਸ ਦਰਜ ਕੀਤਾ ਜਾਵੇ। ਇਹਨਾਂ ਨਾਲੋਂ ਘਟੀਆ ਰਾਜਨੀਤੀ ਹੋ ਨਹੀਂ ਸਕਦੀ। ਉਸ ਬੰਦੇ ਨੇ ਓਪਨਲੀ ਕਨਫੈਸ਼ਨ ਕੀਤਾ ਹੈਗਾ BJP ਦੇ ਪੰਜਾਬ ਪ੍ਰਧਾਨ ਦੇ ਹਮਲਾ ਕਰਨ ਦਾ। ਜਿਹੜਾ ਬੰਦਾ ਆਪ ਚੀਜ਼ ਮੰਨ ਲੈਂਦਾ, ਆਪ ਜੁਰਮ ਮੰਨ ਲੈਂਦਾ, ਉਹਨੂੰ ਤਾਂ ਕੋਈ ਵੀ ਨਹੀਂ ਛੱਡਦਾ, ਮੁਲਜ਼ਮ ਆ ਜਾਂਦਾ। ਪਰ ਤਿੰਨ ਤਰ੍ਹਾਂ ਦੀਆਂ ਸਟੇਟਮੈਂਟਾਂ ਕਾਂਗਰਸ ਵੱਲੋਂ ਆਈਆਂ, ਤਿੰਨੇ ਹੀ ਪੰਜਾਬ ਦੇ ਹਾਲਾਤ ਖਰਾਬ ਕਰਨ ਵਾਸਤੇ, ਇੱਕ ਦੂਜੇ ਨੂੰ ਭਾਈਚਾਰਾ ਖਤਮ ਕਰਨ ਵਾਸਤੇ, ਇੱਕ ਦੂਜੇ ਨੂੰ ਫਸਾਉਣ ਵਾਸਤੇ। ਪਹਿਲੀ ਗੱਲ ਤਾਂ ਇਹ ਹੋਈ ਕਿ ਜਿਹੜਾ ਪਰਚਾ ਦਰਜ ਹੋਇਆ ਉਹਦੇ ਵਿੱਚ ਜਿਹੜੇ ਅਸ਼ਵਨੀ ਸ਼ਰਮਾ ਜੀ 'ਤੇ ਸਾਡੇ ਪੰਜਾਬ ਪ੍ਰਧਾਨ 'ਤੇ ਹਮਲਾ ਹੋਇਆ, ਉਹਦੇ 'ਚ ਕਾਤਲਾਨਾ ਹਮਲਾ ਦੀ ਦਫਾ ਨਹੀਂ ਲਾਈ, ਨਾ 506 ਲਾਈ, ਨਾ 307 ਲਾਈ। ਹਾਲਾਂਕਿ ਵੀਡੀਓ ਆਪਣੇ ਆਪ 'ਚ ਸਪਸ਼ਟ ਆ ਵੀ ਉਹ ਹਮਲਾ ਕਿੰਨੀ ਗ੍ਰੈਵਿਟੀ ਦਾ ਸੀ, ਕਿੰਨਾ ਬੰਦਾ ਬਚ ਨਹੀਂ ਸਕਦਾ ਸੀ, ਕਿਸਮਤ ਨੇ ਬਚਾ ਲਿਆ। ਉਹਨਾਂ ਨੇ ਕਿਹਾ ਵੀ ਮੈਂ SSP ਸਾਹਿਬ ਨਾਲ ਬੈਠ ਕੇ ਇਹ ਸਾਰਾ ਸਟੱਡੀ ਕਰਕੇ ਵਿਲ ਟੇਕ ਅਪਰੋਪਰੀਏਟ ਐਕਸ਼ਨ।